This is Punjab 2018 ਬਣਨ ਲਈ ਹਰ ਉਸ ਮੁਟਿਆਰ ਦਾ ਜਿਹਦੇ ਅੰਦਰ ਕੁਝ ਜਜ਼ਬੇ ਨੇ, ਕੁਝ ਜਜ਼ਬਾਤ ਨੇ, ਕੁਝ ਫੀਲਿੰਗਸ ਨੇ ਤੇ ਕੁਝ ਉਹਨਾਂ ਨੂੰ ਸਪੋਰਟ ਆਪਣੀ ਫੈਮਿਲੀ ਦੀ। ਇਹ ਉਹ ਲੱਕੀ ਵੂਮਨਸ ਨੇ ਜਿਨ੍ਹਾਂ ਨੂੰ ਉਹਨਾਂ ਦੇ ਘਰਦਿਆਂ ਨੇ, ਇਨ ਲਾਸ ਨੇ ਸਪੋਰਟ ਕੀਤੀ ਹੈ, ਜੋ ਅੱਜ ਇਸ ਵਿਹੜੇ ਦਾ ਸ਼ਿੰਗਾਰ ਬਣੀਆਂ ਨੇ, ਇਸ ਮਿਸਿਸ ਪੰਜਾਬ 2018 ਦਾ ਹਿੱਸਾ ਬਣੀਆਂ। ਮੈਂ ਤੁਹਾਨੂੰ ਦੱਸਦਾ, ਤੁਸੀਂ ਸਾਰਿਆਂ ਦੇ ਸਾਹਮਣੇ ਬਹੁਤ ਲੱਕੀ ਹੋ ਕਿ ਤੁਸੀਂ ਇਸ ਈਵੈਂਟ ਦੇ ਵਿੱਚ ਆਏ ਹੋ। ਅੱਗੇ ਤਾਂ ਕੁਛ ਲੋਕਾਂ ਨੇ ਜਾਣਾ ਤੁਹਾਡੇ ਚੋਂ, ਬਟ ਜਿਹੜੇ ਤੁਸੀਂ ਅੱਜ ਇੱਥੇ ਆ ਵੀ ਗਏ ਹੋ, ਤੁਸੀਂ ਸਾਰੇ ਸੈਲੀਬ੍ਰਿਟੀ ਹੋ। ਆਉਣ ਵਾਲੇ ਦਿਨਾਂ 'ਚ ਵੇਖਿਓ ਕਿ ਤੁਹਾਡੀ ਜਿਹੜੀ ਸ਼ਖਸੀਅਤ ਹੈ, ਅਗਰ ਆਪ ਬਿਲਕੁਲ ਮੰਨਣਾ ਚਾਹਤੇ ਹੈਂ, ਆਪਨੇ ਇੱਕ ਬਾਰ ਮੰਨਣਾ ਹੋਵੇ, ਕੌਣ ਬਿਲਕੁਲ ਮੰਨਣਾ ਚਾਹਤਾ ਹੈ? 3, 2, 1 ਪੱਕਾ ਕੌਣ ਬਿਲਕੁਲ ਮੰਨਣਾ ਚਾਹਤਾ? 3, 2, 1 ओके, सो नाउ हम स्टार्ट करते हैं अपने ऑडिशंस। और सबसे पहले मैं बताना चाहूंगा चंडीगढ़ ऑडिशंस में टैग नंबर 601 मुस्कान चंदेल। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਮੁਸਕਾਨ ਚੰਦੇਲ ਹੈ, ਬੋਰਨ ਇਨ ਬੋਟਪ ਇਨ ਲੁਧਿਆਣਾ ਮੈਂ, ਐਂਡ ਆਮ ਆ ਬੈਚਲਰ ਇਨ ਫਾਰਮੇਸੀ ਗ੍ਰੈਜੂਏਟ, ਅਤੇ ਮੈਂ ਐਜ਼ ਅ ਕੁਆਲਿਟੀ ਕੰਟਰੋਲ ਆਫਿਸਰ ਵਰਕ ਕਰ ਰਹੀ ਹਾਂ, ਐਂਡ ਆਈ ਐਮ ਮੈਰਿਡ ਸਿੰਸ 1 ਈਅਰ ਟੂ ਮਿਸਟਰ ਬਸੈਨੀ ਚੰਦੇਲ, ਐਂਡ ਬਿਊਟੀ ਪੀਜਨ 'ਚ ਮੇਰੇ ਲਈ ਕੁਛ ਇਹ ਨਹੀਂ ਹੈ ਕਿ ਮੈਂ ਕੱਲ੍ਹ ਮਤਲਬ ਇਹਦੇ ਵਾਸਤੇ ਆਈ ਹਾਂ। ਸਿੰਸ ਮੇਰੀ ਚਾਈਲਡਹੁੱਡ ਇਹ ਮੇਰੇ 'ਚ ਇੱਕ ਡ੍ਰੀਮ ਸੀ, ਜੋ ਕਿ ਕਿਤੇ 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 ਇੰਪੈਡਿਡ ਸੀਗਾ, ਬਟ ਬਿਕੋਜ਼ ਆਫ ਸਟੱਡੀਜ਼ ਮੇਰੇ ਮੰਮਾ ਦਾ ਇਹ ਕਹਿਣਾ ਸੀ ਕਿ ਪਹਿਲਾਂ ਆਪਣਾ ਕਰੀਅਰ ਬਣਾਓ। ਸੋ ਮੈਂ ਬੈਚਲਰ ਇਨ ਫਾਰਮੇਸੀ ਕੀਤੀ, ਉਹਦੇ ਲਈ ਮੈਨੂੰ ਆਲ ਦਾ ਵੇ ਮੋਗਾ ਟੂ ਲੁਧਿਆਣਾ ਜਾਣਾ ਪੈਂਦਾ ਸੀ ਹਰ ਰੋਜ਼, ਬਿਕੋਜ਼ ਹੋਰ ਵੀ ਕਾਲਜ ਅਵੇਲੇਬਲ ਨਹੀਂ ਸੀ ਮੇਰੇ ਲਈ। ਦੈਨ ਉਸ ਤੋਂ ਬਾਅਦ ਆਈ ਗੈਟ ਮੈਰਿਡ, ਅਤੇ ਟੁਡੇ ਆਈ ਐਮ ਹੇਅਰ ਇਨ ਫਰੰਟ ਆਫ ਯੂ ਆਲ। ਮੈਂ ਖੁਦ ਤੋਂ ਹੀ ਸੀ, ਬਟ ਜੇ ਆਪਾਂ ਸਪੋਰਟ ਦੀ ਗੱਲ ਕਰੀਏ, ਮਾਈ ਮਦਰ, ਹਸਬੈਂਡ, ਅਤੇ ਮੈਨੂੰ ਇਹ ਲੱਗਦਾ ਕਿ ਜੋ ਵੀ ਲੋਕ ਕਹਿੰਦੇ ਨੇ ਕਿ ਮੈਰਿਜ ਤੋਂ ਬਾਅਦ ਇੱਦਾਂ ਨਹੀਂ ਕਰਨਾ ਚਾਹੀਦਾ, ਆਈ ਥਿੰਕ ਮੈਰਿਜ ਤਾਂ ਉਹ ਚੀਜ਼ ਹੈ ਜਿਹੜੀ ਆਪਾਂ ਨੂੰ ਸਪੋਰਟ ਕਰਦੀ ਹੈ। ਮੈਰਿਜ ਕਿਸੇ ਨੂੰ ਪਿੱਛੇ ਲਿਜਾਉਣ ਵਾਸਤੇ ਤਾਂ ਹੋਣੀ ਨਹੀਂ ਚਾਹੀਦੀ। ਮੈਰਿਜ ਤਾਂ ਉਹ ਹੋਣੀ ਚਾਹੀਦੀ ਕਿ ਤੇਰੇ ਡ੍ਰੀਮਸ ਮੇਰੇ ਡ੍ਰੀਮਸ ਹੈ, ਕਮ ਲੈਟਸ ਟੂਗੈਦਰ। ਓਕੇ, ਤੁਹਾਡੇ ਅਕੋਰਡਿੰਗ ਕਿਹੜੀ ਲਾਈਫ ਜ਼ਿਆਦਾ ਵਧੀਆ, ਵਿਆਹ ਤੋਂ ਪਹਿਲੇ ਵਾਲੀ ਕਿ ਵਿਆਹ ਤੋਂ ਬਾਅਦ ਵਿੱਚ? ਦੋਨਾਂ ਲਾਈਫਸ ਦਾ ਮੇਰੇ ਲਈ ਇਕੁਅਲ ਸਿਗਨੀਫਿਕੈਂਸ ਹੈ। ਮੈਨੂੰ ਲੱਗਦਾ ਹੈ ਕਿ ਉਹ ਲਾਈਫ ਉਸ ਟਾਈਮ 'ਤੇ ਉਹ ਬੈਸਟ ਸੀ, ਅਤੇ ਹੁਣ ਮੈਨੂੰ ਲੱਗਦਾ ਹੈ ਕਿ ਹੁਣ ਵਾਲੀ ਲਾਈਫ ਮੇਰੇ ਲਈ ਬਹੁਤ ਬੈਸਟ ਹੈ। ਆਈ ਐਮ ਬਲੈਸਡ ਟੂ ਹੈਵ ਅ ਹਸਬੈਂਡ ਲਾਈਕ ਹਿਮ। ਥੈਂਕ ਯੂ, ਥੈਂਕ ਯੂ ਸੋ ਮੱਚ। ਸੋ ਬੇਸਿਕਲੀ ਯੂ ਆਰ ਫਰੋਮ ਲੁਧਿਆਣਾ? ਯਾ, ਬੇਸਿਕਲੀ ਫਰੋਮ ਲੁਧਿਆਣਾ। ਓਕੇ, ਚਲੋ ਮੈਂ ਇੱਕ ਨੋਰਮਲ ਜਿਹਾ ਤੁਹਾਨੂੰ ਕੁਐਸਚਨ ਪੁੱਛਾਂ, ਵੈਰੀ ਈਜ਼ੀ ਕੁਐਸਚਨ, ਫੋਰ ਵਾਟ ਲੁਧਿਆਣਾ ਇਜ਼ ਫੇਮਸ ਫੋਰ? ਬੇਸਿਕਲੀ ਲੁਧਿਆਣਾ ਇਜ਼ ਫੇਮਸ ਫੋਰ ਹੌਜ਼ਰੀ ਗੁੱਡਸ। ਓਕੇ, ਗ੍ਰੇਟ, ਦੈਟਸ ਵੈਰੀ ਨਾਈਸ ਫੀਲ। ਤੇ ਲੁਧਿਆਣਾ 'ਚ ਕੋਈ ਬੋਲੀ ਸੁਣਾ ਸਕਦੇ ਹੋ? ਹਿੰਟ ਦਵਾਂ ਮੈਂ ਥੋੜ੍ਹਾ ਜਿਹਾ? ਗਿੱਧੇ ਵਿੱਚ ਜਨਮੇ ਬੱਚਾ, ਸੂਰਜ ਵੀ ਮੱਥਾ ਟੇਕਦਾ, ਲੁਧਿਆਣੇ ਜੱਟੀ ਨੱਚੇ, ਬੱਲੇ 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 ਬੱਲੇ, ਲੁਧਿਆਣੇ ਜੱਟੀ ਨੱਚੇ, ਪਟਿਆਲਾ ਖੜਖੜ ਵੇਖਦਾ, ਲੁਧਿਆਣੇ ਨੱਚੀ ਨੱਚੇ, ਪਟਿਆਲਾ ਖੜਖੜ ਵੇਖਦਾ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਮਾਈ ਕੁਐਸਚਨ ਫਾਰ ਯੂ ਇਜ਼, ਕਿ ਤੁਹਾਨੂੰ ਤੁਸੀਂ ਆਪਣੇ ਬਾਰੇ ਕੋਈ ਇੱਕ ਕੁਆਲਿਟੀ ਦੱਸੋ, ਮਤਲਬ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੈ, ਐਂਡ ਕਿਉਂ? ਮੈਨੂੰ
ਮੈਨੂੰ ਲੱਗਦਾ ਹੈ ਹਰ ਪਰਸਨ 'ਚ ਬਹੁਤ ਸਾਰੀ ਕੁਆਲਿਟੀਜ਼ ਹੁੰਦੀਆਂ ਨੇ ਬਟ ਮੇਰੇ ਲਈ ਜੇ ਨੰਬਰ ਫਸਟ ਕੁਆਲਿਟੀ ਦੀ ਗੱਲ ਕਰੋਗੇ ਦੈਟ ਇਜ਼ ਮਾਈ ਕੰਪੈਸ਼ਨੇਟ ਨੇਚਰ ਅਤੇ ਮੈਨੂੰ ਕੰਪੈਸ਼ਨੇਟ ਮੈਨੂੰ ਇਹ ਲੱਗਦਾ ਕਿ ਕੰਪੈਸ਼ਨ ਜੋ ਹੈ ਹਰ ਇੱਕ ਇਨਸਾਨ ਵਿੱਚ ਹੋਣਾ ਚਾਹੀਦਾ ਹੈ ਕੰਪੈਸ਼ਨ ਦੇ ਬਿਨਾਂ ਤਾਂ ਹਿਊਮੈਨਿਟੀ ਐਗਜ਼ਿਸਟ ਹੀ ਨਹੀਂ ਕਰਦੀ ਹੈ ਸੋ ਅਤੇ ਮੈਂ ਕੰਪੈਸ਼ਨੇਟ ਨੇਚਰ ਨੂੰ ਮਤਲਬ ਉਸਨੂੰ ਰੋਜ਼ ਰੋਜ਼ਮਰਾ ਦੀ ਲਾਈਫ ਵਿੱਚ ਯੂਜ਼ ਵੀ ਕਰਦੀ ਹਾਂ ਅਤੇ ਮੈਂ ਇੱਕ ਪਲੈਟਫਾਰਮ ਹੈ ਜੋ ਵੁਮੈਨ ਇੰਪਾਵਰਮੈਂਟ ਲਈ ਹੈ ਅੰਪ੍ਰਿਸ ਯੂਨੀਵਰਸ ਕਰਕੇ ਉਹਦਾ ਵੀ ਮੈਂ ਪਾਰਟ ਟਾਈਮ Thank you so much. Thank you. I love you. Very simple question. Yeah, so you in a pigeon, according to you, what is fashion? Fashion, I think, is how you carry yourself and how you depict yourself in front of others. That is fashion. Simply, it's not that you have to be expensive clothes or branded. It's not like that. Fashion is, it is simply you. What are you? That is fashion. Good. Thank you. Thank you. Hi. Hello, ma'am. You're looking so pretty. I was watching you. So pretty. Okay. Thanks for the compliment. We both come from the same profession. I'm supposed to be a doctor. Okay. So let me ask you, what makes you feel a Punjaban? What makes me feel Punjaban? My culture makes me Punjabin more than anything else. Thank you. So please, ladies, put your hand together for our celebrity guest, a wonderful singer, a sweet singer, ਤੇ ਬਹੁਤ ਹੀ ਮਿੱਠੀ ਆਵਾਜ਼ ਦੇ ਨਾਲ ਆ ਰਹੇ ਸਾਡੇ ਸਾਰਿਆਂ ਦੇ ਵਿਚਕਾਰ ਇਮਾਨਤਪ੍ਰੀਤ ਕੌਰ। ਇਮਾਨਤ ਜੀ, ਮਿਸਿਸ ਪੰਜਾਬ 2018 ਚੰਡੀਗੜ੍ਹ ਦੇ ਐਡੀਸ਼ਨਸ ਦੇ ਵਿੱਚ ਵੀ ਤੁਹਾਡਾ ਬਹੁਤ ਹੀ ਨਿੱਘਾ ਸਵਾਗਤ ਹੈ। ਕੰਟੈਸਟੈਂਟ ਨੰਬਰ ਟੈਗ ਨੰਬਰ 603 ਡਾਕਟਰ ਰਵੀਨਾ ਸੂਰੀਕੋ। Proper positivity and freedom to their kids to choose whatsoever they want. There is no restrictions to kids, and moreover, the kids also follow their parents' rules and regulation properly. Do you think that is not there in Punjab? No, in some rural areas that's not there, because especially the girls, they are fully dependent on their parents. Like, their parents doesn't allow them to go at night and enjoy with their friends or something like this. They don't have right to go to higher education and like this. So in Chandigarh, everything is there. The parents are totally open-minded and they support their kids a lot. As well as daughter-in-laws also. Yeah, very much. Yeah. Thank you. Thank you. Yeah, so we come from the same. Yes, ma'am. So what do you think you're going to be ever treating a daughter like? Sorry, ma'am? Ek beti ko kis tarah tusi treat karo, karna pasand karo? Beti ko main aise treat karna pasand karungi like,
कि वो अपने तो पूरे मतलब रूल्स एंड रेगुलेशन निभाए, साथ में उसने दूसरी फैमिली में जाना है, इन लॉज के फैमिली में, वो मतलब ये ना सोचे कि मेरे इन लॉज हैं, वो उनके लिए मतलब उसको ऐसी शिक्षा देना चाहूंगी कि वो कल को दूसरे घर भी जाती है तो वो वहाँ भी प्रॉपरली बैलेंस करके रखे. Veenu Valiya ji, contestant number 604. शादी को 4.5 साल हो चुके हैं और मेरा 1 साल का बेटा है. बाय प्रोफेशन मैं एक आईटी कंपनी में काम करती हूँ. मुझे 6 साल से ऊपर हो चुका है काम करते हुए. और मिसेस पंजाब में आने का मेरा मकसद है कि मैं बचपन से चाहती थी कि मैं फैशन इंडस्ट्री से किसी ना किसी तरह से मैं बस घुस जाऊँ इस इंडस्ट्री में. और मुझे बहुत शौक है डांस करने का, एक्टिंग करने का, गाना गाने का था, बट कभी इतनी अच्छी ट्रेनिंग नहीं मिली तो बहुत अच्छा नहीं गा पाती. बट मैं पूरी कोशिश करती हूँ कि मैं अपने आप को इस इंडस्ट्री से मैं रिलेट कर सकूँ, मैं इस इंडस्ट्री का पार्ट बन सकूँ. थैंक यू. मैं अभिरा जी को रिक्वेस्ट करूँगा कि प्लीज क्वेश्चन पूछो. अच्छा, तुम्हें की लगता है कि इस सोसाइटी च एक आदमी दी लाइफ ज्यादा इजी है या फिर एक औरत दी? आई थिंक देयर इज एन ऑब्वियस आंसर दैट द मैन ऑब्वियसली हैज एन इजी लाइफ. एक लेडी के आगे अगर मैं अपना पर्सनल एक्सपीरियंस शेयर करूं तो मैं अपना घर संभालती हूं, अपने बच्चे को संभालती हूं, अपना प्रोफेशन हैंडल करती हूं, अपने इन-लॉज के लिए भी बहुत कुछ करती हूं, अपने पेरेंट्स के लिए भी करती हूं. Whereas on the other side, where my, if I talk about my husband, he is only involved in his business. He's a businessman and he keeps very busy into his business. So he doesn't get time for the family. मैंने आज यहाँ मिसेस पंजाब में आने के लिए उन्हें मनाया कि वो मेरे बच्चे का ध्यान रखें, घर पर रहें, क्योंकि मैं आज नहीं होंगी. तो in a way he's very supportive, but still I feel that obviously a man has an easy life than a woman. Okay, but मतलब अगर कभी ट्राई नहीं किया या फिर शौक उधर ही खत्म हो गया? शौक उधर ही खत्म हो गया क्योंकि कभी ट्रेनिंग नहीं ले सकी इस चीज की, कभी मैं मुझे मौका नहीं मिला. वैसे गालन दे थोड़ा बहुत, थोड़ा बहुत सुना दो कुछ. चलो बैठ. मेरी सांसों से तेरे प्यार की खुशबू आए, तेरे आने से मेरे दिल पे निखार आ जाए, दिल को तूने जो छुआ ऐसा महसूस हुआ, जैसे सहरा में भी भूल से घटा छा जाए, तेरा मेरा प्यार सनम वादा है कभी होगा नगम, बन के धड़कन तू मेरी जानम, बसे दिल में मेरे. That's dedicated to my husband. Okay, nice. So, thank you. तुसी क्या सिखा के तुहाडा बेटा 1 साल दा है ना? हाँ जी. ਤੁਸੀਂ ਕੀ ਚਾਹੁੰਦੇ ਹੋ, ਕਿਹੜੀ ਲੈਂਗੁਏਜ ਸਿਖਾਉਣਾ ਪਸੰਦ ਕਰੋਗੇ ਉਹਨਾਂ ਨੂੰ, ਪੰਜਾਬੀ ਜਾਂ ਹਿੰਦੀ? ਐਕਚੁਅਲੀ ਇਹ ਕੁਐਸਚਨ ਮੇਰੇ ਪੇਰੈਂਟਸ, ਮੇਰੇ ਇਨ-ਲਾਸ ਬਹੁਤ ਵਾਰ ਪੁੱਛਦੇ ਹੈ ਕਿ ਤੂੰ ਉਸ ਸੇ ਇੰਗਲਿਸ਼ ਮੇਂ ਬਾਤ ਕਿਆ ਕਰ. ਪਰ ਮੈਂ ਚਾਹਤੀ ਹੂੰ ਕਿ ਵੋ ਆਪਣੇ ਕਲਚਰ ਸੇ ਜ਼ਿਆਦਾ ਜੁੜਾ ਰਹੇ, ਕਿਉਂਕਿ ਇੰਗਲਿਸ਼ ਸ਼ਾਇਦ ਏਕ ਨਾ ਏਕ ਦਿਨ ਕੋ ਸਿੱਖ ਹੀ ਜਾਏਗਾ, ਜਬ ਬੜਾ ਹੋ ਜਾਏਗਾ, ਸਕੂਲ ਜਾਏਗਾ ਤੋ ਬੜਾ ਹੋ ਕੇ ਸਿੱਖ ਜਾਏਗਾ. ਸਹੀ ਗੱਲ. ਪਰ ਉਸ ਵਕਤ ਸ਼ਾਇਦ ਉਸੇ ਪੰਜਾਬੀ ਔਰ ਹਿੰਦੀ ਸਿਖਾਉਣਾ ਮੁਸ਼ਕਿਲ ਹੋ ਜਾਏਗਾ. ਬਿਲਕੁਲ ਪੰਜਾਬੀ ਜ਼ਰੂਰ ਸਿਖਾਇਓ. ਬਿਲਕੁਲ, ਮੈਂ ਉਹਨਾਂ ਨੂੰ ਚਾਹਤੀ ਹੂੰ ਸਿਖਾਇਓ ਉਸੇ ਹਿੰਦੀ ਔਰ ਪੰਜਾਬੀ ਸਿਖਾਓ. ਯੈਸ, ਉਹਨਾਂ ਨੂੰ ਜ਼ਰੂਰ ਸਿਖਾਇਓ. ਤੇ ਮੈਂ ਹਰ ਜਿੱਥੇ ਵੀ ਸਰ ਹੋਰੀ ਸਾਨੂੰ ਇਨਵਾਈਟ ਕਰਦੇ ਆ ਤੇ ਮੈਂ ਇਹ ਕੁਐਸਚਨ ਜ਼ਰੂਰ ਪੁੱਛਦੀ ਹਾਂ
के उड़ाड़ा सुनाओ है ना, ये पता नहीं किसी बारी आ जानी है, मैं उड़ाड़ा सुनना. ओके थैंक यू. कमाल की परफॉर्मेंस देखी हमने, देखा कि एक मौका मिलना चाहिए है मिसेस पंजाब को परफॉर्मेंस के लिए. एंड अब मैं बुलाना चाहूंगा कंटेस्टेंट नंबर 605 मोनिका शर्मा. गुरपाल 607 फिर मतलब फुल टाइम मैं भी बिजनेस फिर आ जाऊंगी. राइट.
Okay, what do you think is the most difficult thing to do? You've done working also and you've been in the house also. मैम अगर देखा जाए तो दोनों ही पैरलर चल रही है ये चीज़ा अगर तुम बिजनेस कर रहे हो वो भी कोई ईजी नहीं होंगे तो तुम घर संभाल रहे हो तो वो भी कोई ईजी नहीं होंगे है बट हाँ ये हैगा कि चलो ठीक है बच्चे नू टाइम देना मतलब तुम ये कह सकते हो कि तुम अपनी फुल टाइम ड्यूटी दे रहे हो उसको तुम जिनी अपनी केयर कर रहे हो उन्नी ही तुम बच्चे की केयर कर रहे हो क्योंकि वो थोड़े पर बिल्कुल डिपेंडेंट है उन्होंने कुछ नहीं पता इस टाइम के लिए और जो जिन्ना टाइम तुम अपने आप से लगाने उस तो वह टाइम तुम अपने बच्चे से लगाना पैदा है ਤੇ ਅਗਰ ਅਗਰ ਬਿਜ਼ਨਸ ਦੀ ਗੱਲ ਕਰੀਏ ਤਾਂ ਉਹ ਵੀ ਕੋਈ ਸੌਖੀ ਜੋਬ ਤਾਂ ਉਹ ਵੀ ਨਹੀਂ ਹੈਗੀ ਹੈ ਸਟ੍ਰੈਸ ਉਹਦੇ ਵਿੱਚ ਵੀ ਬਹੁਤ ਰਹਿੰਦਾ ਹੈਗਾ ਕਿਉਂਕਿ ਹਰ ਰੋਜ਼ ਤੁਸੀਂ ਇੰਨੇ ਨੇ ਨਵੇਂ ਨਵੇਂ ਕਲਾਇੰਟਸ ਨਾਲ ਹੈਂਡਲ ਕਰਨਾ ਹੁੰਦਾ ਉਹਨਾਂ ਨੂੰ ਉਹਨਾਂ ਦੀਆਂ ਕੰਪਲੇਂਟਸ ਉਹਨਾਂ ਦੀਆਂ ਸੁਜੈਸ਼ਨਸ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਹੈਗੀਆਂ ਤਾਂ ਮੇਰੇ ਖਿਆਲ ਦੇ ਵਿੱਚ ਦੋਨੋਂ ਹੀ ਲਾਈਫਸ ਜਿਹੜੀਆਂ ਹੈਗੀਆਂ ਪੈਰਲਲ ਚੱਲਦੀਆਂ ਹੈਗੀਆਂ ਨਾ ਤਾਂ ਦੋਨੋਂ ਈਜ਼ੀ ਹੈ ਅਤੇ ਨਾ ਹੀ ਦੋਨੋਂ ਟਫ ਕਹਿ ਸਕਦੇ ਹਾਂ ਆਪਾਂ ਨੂੰ ਲਵਲੀ ਥੈਂਕ ਯੂ ਸੋ ਜੋ ਤੁਸੀਂ ਹੱਥ ਵਿੱਚ ਪਾਇਆ ਇਹਦਾ ਨਾਮ ਕੀ ਗਜਰਾ ਓਕੇ ਵਾਟ ਇਜ਼ ਇਟ ਬੇਸਿਕਲੀ ਗਜਰਾ ਮਤਲਬ ਇਹ ਆਪਣੇ ਪੰਜਾਬ ਦੇ ਜਿੰਨੇ ਵੀ ਆਪਾਂ ਉਹਨੂੰ ਕਹਿ ਸਕਦੇ ਹੈਗੇ ਇਹ ਉਹਨੇ ਗਹਿਣਿਆਂ ਦੇ ਵਿੱਚ ਹੀ ਆਉਂਦਾ ਹੈਗਾ ਜਿੱਦਾਂ ਪੰਜਾਬ ਆਪਣਾ ਕਲਚਰ ਦੇ ਵਿੱਚ ਲੇਡੀਜ਼ ਹੋਰ ਵੀ ਗਹਿਣੇ ਪਾਉਂਦੇ ਜਿੱਦਾਂ ਸੱਗੀ ਫੁੱਲ ਹੋ ਗਏ ਤਵੀਤੀ ਹੋ ਗਈ ਨਦਤੀਆਂ ਹੋ ਗਈਆਂ ਔਰ ਸੱਗੀ ਫੁੱਲ ਹੋ ਗਏ ਲੋਟਨ ਹੋ ਗਈ ਇਹ ਵੀ ਉਹਨਾਂ ਦੇ ਵਿੱਚੋਂ ਇੱਕ ਹੈਗਾ Thank you so much. विनय जी काफी कमाल की बात देखी हमने यहाँ पे फीमेल्स की कि ज्वेलरी के साथ साथ अगर उन्हें और भी खूबसूरत बनाता है तो उनके थॉट्स एंड व्यूज अब मैं बुलाना चाहूंगा कंटेस्टेंट नंबर 608 सुरुचि मरोड़ Thank you.